ਜਿਵੇਂ ਕਿ ਤੁਹਾਨੂੰ ਪਤਾ ਹੈ ਹਰਮੇਸ਼ ਨੂੰ ਮਾਨ ਸਾਹਿਬ ਨੇ ਨੈੱਟ 'ਤੇ ਦੇਖਿਆ ਸੀਗਾ ਅਤੇ ਇਹਨਾਂ ਨਾਲ ਅਸੀਂ ਸੰਪਰਕ ਕੀਤਾ ਅਤੇ ਇਹਨਾਂ ਨਾਲ ਮੁਲਾਕਾਤ ਹੋਈ ਪਹਿਲਾਂ ਕਿ ਜਦੋਂ ਮਾਨ ਸਾਹਿਬ ਨੇ ਦੇਖਿਆ ਉਦੋਂ ਸੱਜਣਾਂ ਨੇ ਸਾਡੇ ਕਿਸੇ ਨੇ ਇਹਨਾਂ ਨੂੰ ਜੋਬ 'ਤੇ ਵੀ ਰੱਖਿਆ ਉਹਨਾਂ ਦਾ ਮੈਂ ਬਹੁਤ ਬਹੁਤ ਥੈਂਕਫੁੱਲ ਹਾਂ ਵੀ ਇਹ ਨੌਕਰੀ ਕਰਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਹਰ ਬੰਦਾ ਆਪਣੇ ਪੈਰਾਂ 'ਤੇ ਖੜੇ ਸੀ ਇਹਦੀ ਇੱਛਾ ਸੀ ਇਹਨਾਂ ਨੂੰ ਸਕੂਟਰ ਮਿਲੇ ਜਿਹੜਾ ਬੈਟਰੀ ਜ਼ਿਆਦਾ ਕਹਿੰਦੇ ਬੈਟਰੀ ਸਕੂਟਰ ਮਾਨ ਸਾਹਿਬ ਵੱਲੋਂ ਬੱਬੂ ਮਾਨ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਗਿਫਟ ਕਰ ਰਹੇ ਹਾਂ ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਆਪਣੇ ਕੱਟੜ ਫੈਨਸ ਦੇ ਨਾਲ ਵੀ ਕਾਫੀ ਚਰਚਿਤ ਨੇ ਉੱਥੇ ਹੀ ਬੱਬੂ ਮਾਨ ਆਪਣੇ ਸਮਾਜ ਸੇਵੀ ਕੰਮਾਂ ਦੇ ਕਰਕੇ ਵੀ ਚਰਚਾ 'ਚ ਬਣੇ ਰਹਿੰਦੇ ਨੇ ਹਾਲ ਹੀ ਦੇ ਵਿੱਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਸਰੀਰਕ ਰੂਪ ਦੇ ਵਿੱਚ ਕਮਜ਼ੋਰ ਹੋਣ ਦੇ ਬਾਵਜੂਦ ਵੀ ਮਿਹਨਤ ਮਜ਼ਦੂਰੀ ਕਰ ਰਿਹਾ ਹੈ ਬੱਬੂ ਮਾਨ ਨੇ ਇਸ ਦੀ ਵੀਡੀਓ ਸ਼ੇਅਰ ਕਰਦੇ ਨਾਲ ਲਿਖਿਆ ਸੀ ਕਿ ਜੋ ਵੀ ਵਿਅਕਤੀ ਇਸ ਨੌਜਵਾਨ ਦਾ ਨਾਮ ਪਤਾ ਜਾਣਦਾ ਹੋਵੇ ਉਹ ਉਹਨਾਂ ਦੇ ਨਾਲ ਸੰਪਰਕ ਕਰਨ ਜਿਸ ਤੋਂ ਬਾਅਦ ਹੁਣ ਬੱਬੂ ਮਾਨ ਦੇ ਵੱਲੋਂ ਇਸ ਨੌਜਵਾਨ ਦੀ ਮਦਦ ਕੀਤੀ ਗਈ ਹੈ ਦੱਸ ਦਈਏ ਕਿ ਬੱਬੂ ਮਾਨ ਦਾ ਖਾਸ ਦੋਸਤ ਇਸ ਨੌਜਵਾਨ ਦੇ ਕੋਲ ਪਹੁੰਚਿਆ ਤੇ ਉਸ ਨੂੰ ਸਕੂਟੀ ਦਿੱਤੀ ਗਈ ਜਿਵੇਂ ਕਿ ਤੁਹਾਨੂੰ ਪਤਾ ਹੈ ਹਰਮੇਸ਼ ਨੂੰ ਮਾਨ ਸਾਹਿਬ ਨੇ ਨੈੱਟ 'ਤੇ ਦੇਖਿਆ ਸੀਗਾ ਅਤੇ ਇਹਨਾਂ ਨਾਲ ਅਸੀਂ ਸੰਪਰਕ ਕੀਤਾ ਅਤੇ ਇਹਨਾਂ ਨਾਲ ਮੁਲਾਕਾਤ ਹੋਈ ਅਤੇ ਜਿੱਦਾਂ ਕਿ ਇਹਨਾਂ ਨੂੰ ਬੜੀ ਖੁਸ਼ੀ ਹੈ ਸਭ ਤੋਂ ਪਹਿਲਾਂ ਕਿ ਜਦੋਂ ਮਾਨ ਸਾਹਿਬ ਨੇ ਦੇਖਿਆ ਉਦੋਂ ਸੱਜਣਾਂ ਨੇ ਸਾਡੇ ਕਿਸੇ ਨੇ ਇਹਨਾਂ ਨੂੰ ਜੋਬ 'ਤੇ ਵੀ ਰੱਖਿਆ ਉਹਨਾਂ ਦਾ ਮੈਂ ਬਹੁਤ ਬਹੁਤ ਥੈਂਕਫੁੱਲ ਹਾਂ ਵੀ ਇਹ ਨੌਕਰੀ ਕਰਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਹਰ ਬੰਦਾ ਆਪਣੇ ਪੈਰਾਂ 'ਤੇ ਖੜੇ ਸੀ ਇਹਦੀ ਇੱਛਾ ਸੀ ਇਹਨਾਂ ਨੂੰ ਸਕੂਟਰ ਮਿਲੇ ਜਿਹੜਾ ਬੈਟਰੀ ਜ਼ਿਆਦਾ ਕਹਿੰਦੇ ਬੈਟਰੀ ਸਕੂਟਰ ਮਾਨ ਸਾਹਿਬ ਵੱਲੋਂ ਬੱਬੂ ਮਾਨ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਗਿਫਟ ਕਰ ਰਹੇ ਹਾਂ ਇਹ ਮੇਰਾ ਛੋਟਾ ਭਰਾ ਹੈ ਇਹਨਾਂ ਨੂੰ ਪਰਮਾਤਮਾ ਕੰਮ ਕਾਰ 'ਚ ਵੀ ਲੱਗੇ ਰਹਿਣ ਔਰ ਜੋ ਇਹਨਾਂ ਦੀ ਇੱਛਾ ਸੀਗੀ ਜਿਸ ਤਰ੍ਹਾਂ ਦੀ ਚੀਜ਼ ਚਾਹੁੰਦੇ ਸੀ ਚਿੱਟਾ ਰੰਗ ਇਹਨਾਂ ਦਾ ਮਨ ਸੀਗਾ ਚਿੱਟਾ ਰੰਗ ਦਾ ਮਿਲੇ ਔਰ ਆਹ ਚੀਜ਼ ਮਿਲੇ ਉਹ ਇਹਨਾਂ ਨੂੰ ਅਤੇ ਮੇਰੇ ਵੱਲੋਂ ਬਹੁਤ ਧੰਨ ਦੋ ਦੱਸ ਦਈਏ ਕਿ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਬੱਬੂ ਮਾਨ ਨੇ ਕਿਸੇ ਦੀ ਮਦਦ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਬੱਬੂ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗ ਦੀ ਵੀਡੀਓ ਦੇਖੀ ਸੀ ਜਿਸ ਵਿੱਚ ਉਹਨਾਂ ਦੀ ਫਸਲ ਖਰਾਬ ਹੋ ਗਈ ਸੀ ਤੇ ਬੱਬੂ ਮਾਨ ਨੇ ਉਹਨਾਂ ਦੀ ਵੀ ਮਦਦ ਕੀਤੀ ਸੀ ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਦਬੰਦ ਜਾਦੂ ਟੋਣਾ ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 96435032321